ਪੰਜਾਬ ਸਟੇਟ ਮਿਸੀ ਭਲਾਈ ਬੋਰਡ ਦੇ ਚੇਅਰਮੈਨ ਸਲਾਮਤ ਮਸੀਹ ਨੇ ਆਪਣੀ ਹੀ ਪੰਜਾਬ ਸਰਕਾਰ ਤੇ ਸਵਾਲ ਖੜੇ ਕੀਤੇ ਨੇ। ਉਹਨਾਂ ਕਿਹਾ ਕਿ ਅਗਸਤ 2019 ਦੇ ਵਿੱਚ ਦੁਬਾਰਾ ਤੋਂ ਇਸ ਬੋਰਡ ਦਾ ਗਠਨ ਕੀਤਾ ਗਿਆ ਸੀ ਅਤੇ ਗੁਰਦਾਸਪੁਰ ਦੇ ਡਾਕਟਰ ਸਲਾਮਤ ਮਸੀਹ ਨੂੰ ਇਸ ਦਾ ਚੇਅਰਮੈਨ ਲਗਾਇਆ ਗਿਆ, ਜਿਸ ਕਾਰਨ ਚਿੱਟਾ ਸਾਹਿਬ ਤੋਂ ਇਸ ਬੋਰਡ ਤੋਂ ਮਸੀਹ ਲੋਕ ਵੱਡੀ ਨਿਰਾਸ਼ਾ ਦੇ ਵਿੱਚ ਨੇ ਅਤੇ ਉਹ ਸਰਕਾਰ ਉੱਪਰ ਦੋਸ਼ ਵੀ ਲਗਾਉਂਦੇ ਹਨ ਕਿ ਉਹਨਾਂ ਨੂੰ ਸਿਰਫ ਕਾਗਜ਼ੀ ਪੱਤਰ ਹੀ ਖੁਸ਼ ਕੀਤਾ ਜਾ ਰਿਹਾ, ਜਦੋਂ ਕਿ ਵਿਵਹਾਰਕ ਰੂਪ ਵਿੱਚ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਪੈ ਰਿਹਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਤੇ ਪੰਜਾਬ ਸਰਕਾਰ 'ਤੇ ਸਵਾਲ ਖੜ੍ਹੇ ਕਰਦਿਆਂ ਮਸੀਹ ਭਲਾਈ ਬੋਰਡ ਦੇ ਚੇਅਰਮੈਨ ਸਲਾਮਤ ਮਸੀਹ ਨੇ ਕਿਹਾ ਕਿ ਦਸੰਬਰ 2016 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਮਸੀਹ ਲੋਕਾਂ ਦੀ ਭਲਾਈ ਲਈ ਪੰਜਾਬ ਸਟੇਟ ਮਸੀਹ ਭਲਾਈ ਬੋਰਡ ਦਾ ਗਠਨ ਕੀਤਾ ਗਿਆ, ਜਿਸ ਦੇ ਚੇਅਰਮੈਨ ਉਸ ਸਮੇਂ ਅਮਨਦੀਪ ਗਿੱਲ ਨੂੰ ਲਗਾਇਆ ਗਿਆ ਸੀ, ਪਰ ਬਾਅਦ ਵਿੱਚ ਕਾਂਗਰਸ ਸਰਕਾਰ ਦੇ ਵੱਲੋਂ ਅਗਸਤ 2019 ਦੇ ਵਿੱਚ ਦੁਬਾਰਾ ਤੋਂ ਇਸ ਬੋਰਡ ਦਾ ਗਠਨ ਕੀਤਾ ਗਿਆ ਅਤੇ ਉਹਨਾਂ ਨੂੰ ਇਸ ਦਾ ਚੇਅਰਮੈਨ ਲਗਾਇਆ ਗਿਆ। 2019 ਵਿੱਚ ਦੁਬਾਰਾ ਤੋਂ ਇਸ ਬੋਰਡ ਦਾ ਗਠਨ ਕੀਤਾ ਗਿਆ। ਹੈਰਾਨੀ ਦੀ ਗੱਲ ਹੈ ਕਿ 5 ਸਾਲਾਂ ਦੇ ਵਿੱਚ ਇਸ ਬੋਰਡ ਦੇ ਵੱਲੋਂ ਅੱਜ ਤੱਕ ਮਸੀਹ ਲੋਕਾਂ ਦੀ ਭਲਾਈ ਦੇ ਲਈ ਕੋਈ ਵੀ ਪ੍ਰੋਜੈਕਟ ਸਾਹਮਣੇ ਨਹੀਂ ਲਿਆਂਦਾ ਗਿਆ ਅਤੇ ਨਾ ਹੀ ਇਸ ਬਾਬਤ ਕੋਈ ਪਾਲਿਸੀ ਅਮਲ ਵਿੱਚ ਲਿਆਉਣ ਦੀ ਯੋਜਨਾ ਪੇਸ਼ ਕੀਤੀ ਗਈ ਹੈ, ਜਿਸ ਕਾਰਨ ਚਿੱਟਾ ਸਾਹਿਬ ਤੋਂ ਇਸ ਬੋਰਡ ਤੋਂ ਮਸੀਹ ਲੋਕ ਵੀ ਵੱਡੀ ਨਿਰਾਸ਼ਾ ਦੇ ਵਿੱਚ ਨੇ। ਉਹ ਸਰਕਾਰ ਦੇ ਉੱਪਰ ਵੀ ਦੋਸ਼ ਲਗਾਉਂਦੇ ਹਨ ਕਿ ਉਹਨਾਂ ਨੂੰ ਸਿਰਫ ਕਾਗਜ਼ੀ ਪੱਤਰੀ ਹੀ ਖੁਸ਼ ਕੀਤਾ ਜਾ ਰਿਹਾ, ਜਦੋਂ ਕਿ ਵਿਵਹਾਰਕ ਰੂਪ ਵਿੱਚ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਪੈ ਰਿਹਾ। ਉਹਨਾਂ ਕਿਹਾ ਕਿ ਸਰਕਾਰ ਨੇ ਮੈਨੂੰ ਸਿਰਫ ਚੇਅਰਮੈਨੀ ਦਾ ਮੁਨਸ਼ਨਾ ਫੜਾਇਆ ਹੈ, ਜਦੋਂ ਕਿ ਜ਼ਮੀਨੀ ਪੱਧਰ 'ਤੇ ਬੋਰਡ ਦੇ ਕੋਲ ਕੁਝ ਵੀ ਨਹੀਂ ਹੈ। ਹੋਰ ਉਹਨਾਂ ਨੇ ਕੀ ਕਿਹਾ, ਆਓ ਦੇਖਦੇ ਹਾਂ। ਅੱਜ ਦਾ ਏਜੰਡਾ ਇਹ ਆ ਵੀ ਸਾਡਾ ਕ੍ਰਿਸ਼ਚਨ ਵੈਲਫੇਅਰ ਬੋਰਡ 22/8/2000 ਨੂੰ ਕੰਸਟੀਟਿਊਟ ਹੋਇਆ ਸੀ। ਨਾ ਸਾਡਾ ਕੋਈ ਰੂਲ ਐਂਡ ਰੈਗੂਲੇਸ਼ਨ ਆ, ਨਾ ਸਾਨੂੰ ਪਤਾ ਹੀ ਹੈ ਜੂਰਿਸਡਿਕਸ਼ਨ ਸਾਡਾ ਕੀ, ਸਾਡੀਆਂ ਮਤਲਬ ਪਾਵਰਸ ਕੀ ਹਨ। 2019 ਤੋਂ ਮੈਂ ਜੁਆਇਨ ਕੀਤਾ ਵਾ, ਹਾਲੇ ਤੱਕ ਸਾਨੂੰ ਪਾਵਰਸ ਦਾ ਨਹੀਂ ਪਤਾ, ਕੋਈ ਸਾਨੂੰ ਫੰਡ ਨਹੀਂ ਦਿੱਤਾ ਗਿਆ, ਮੇਰੇ ਚੇਅਰਮੈਨ ਵਾਈਸ ਚੇਅਰਮੈਨ ਨੂੰ ਕਮਰਾ ਨਹੀਂ ਦਿੱਤਾ ਗਿਆ, ਸੀਨੀਅਰ ਵਾਈਸ ਚੇਅਰਮੈਨ ਨੂੰ ਕਮਰਾ, ਸਿਰਫ ਮੈਨੂੰ ਹੀ ਕਮਰਾ ਅਲਾਟ ਹੋਇਆ ਠਾੜ ਦੇ ਵਿੱਚ। ਨੋ ਪਾਵਰਸ, ਨੋ ਪੀਐਨ, ਨੋ ਪੀਏ, ਨੋ ਵੈਬਸਾਈਟ। ਅਸੀਂ ਚਾਹੁੰਦੇ ਹਾਂ, ਅਸੀਂ ਕ੍ਰਿਸ਼ਨ ਦੀ ਨੁਮਾਇੰਦੀ ਕਰਦੇ ਹਾਂ, ਕ੍ਰਿਸ਼ਨ ਪੁੱਛਦੇ ਆ ਸਾਨੂੰ ਵੀ ਤੁਸੀਂ ਬੋਰਡ ਦੇ ਚੇਅਰਮੈਨ ਕੀ ਕੰਮ ਕੀਤਾ, ਜਦੋਂ ਸਾਡੇ ਕੋਲ ਫੰਡ ਨਹੀਂ ਆ, ਕੋਈ ਸਟਾਫ ਨਹੀਂ ਆ, ਅਸੀਂ ਕੀ ਕਰਾਂਗੇ। ਬਹੁਤ ਵਾਰੀ ਅਸੀਂ ਚਿੱਠੀਆਂ ਲਿਖੀਆਂ, ਘੱਟ ਤੋਂ ਘੱਟ 150-200 ਚਿੱਠੀ ਲਿਖੀ ਆ, ਆਪਣੇ ਬੋਰਡ ਦੇ ਡਾਇਰੈਕਟਰ ਨੂੰ ਲਿਖੀ ਆ, ਵੈਲਫੇਅਰ ਡਿਪਾਰਟਮੈਂਟ ਨੂੰ ਵੀ ਭੇਜੀ ਆ, ਔਰ CM ਸਾਹਿਬ ਨੂੰ ਚਿੱਠੀਆਂ ਲਿਖੀਆਂ, ਅਪੁਆਇੰਟਮੈਂਟ ਹੋਈ ਆ। CM ਸਾਹਿਬ ਨੇ ਸਾਡੀ ਮੀਟਿੰਗ ਹੋਈ ਸੀ 10/2/2020 ਨੂੰ, ਸਾਰੇ ਬੋਰਡ ਦੀ ਮੀਟਿੰਗ ਹੋਈ ਸੀ ਸਾਡੀ, ਔਰ ਉਹਦੇ ਵਿੱਚ ਕਮਿਟਮੈਂਟ ਸੀ, ਤੇਜਵੀਰ ਸੀ ਪ੍ਰਿੰਸੀਪਲ ਸੈਕਟਰੀ ਟੂ CM ਸੀਗਾ, ਸ਼ਾਮ ਸੁੰਦਰ ਅਰੋੜਾ ਸੀਗਾ, ਔਰ ਸਿੰਗਲਾ ਸੀਗਾ ਐਜੂਕੇਸ਼ਨ ਮਿਨਿਸਟਰ। ਉਹਨਾਂ ਦੀ ਹਾਜ਼ਰੀ ਵਿੱਚ CM ਸਾਹਿਬ ਨੇ ਕਮਿਟ ਕੀਤਾ ਸੀ ਵੀ ਯੂ ਵਿਲ ਗੈਟ ਦਾ ਪਾਵਰਸ, ਤੁਹਾਨੂੰ ਵੈਬਸਾਈਟ ਵੀ ਮਿਲੇਗੀ, ਤੁਹਾਨੂੰ ਫੰਡਸ ਵੀ ਮਿਲੇਗੀ, ਔਰ ਇੱਕ ਬੜੀ ਸਾਡੇ ਨਾਲ ਟ੍ਰੈਜਡੀ ਜਿਹੜੀ ਹੋਈ ਸੀ ਉਸ ਵੇਲੇ ਅਸੀਂ ਅਨਾਊਂਸ ਕੀਤਾ ਸੀ ਵੀ ਅੱਜ ਤੱਕ ਚਾਹੇ ਜਿੰਨੀਆਂ ਵੀ ਸਰਕਾਰਾਂ ਬਣੀਆਂ ਹਿੰਦੁਸਤਾਨ ਦੇ ਬਾਅਦ ਬਣਨ ਤੋਂ ਬਾਅਦ, ਚਾਹੇ ਅਕਾਲੀ ਸਰਕਾਰ ਆਈ ਹੈ ਚਾਹੇ ਕਾਂਗਰਸ ਸਰਕਾਰ ਆ, ਔਰ ਸਾਡਾ SS ਬੋਰਡ ਦਾ ਮੈਂਬਰ ਹੁੰਦਾ ਰਿਹਾ, ਪਰ ਅਨਲੱਕਲੀ ਇਸ ਵਾਰੀ SS ਬੋਰਡ ਦਾ ਮੈਂਬਰ ਨਹੀਂ ਲਿਆ ਗਿਆ। ਜਦੋਂ ਕਿ ਮੀਟਿੰਗ ਦੇ ਵਿੱਚ CM ਸਾਹਿਬ ਨੇ ਸਾਨੂੰ ਕਿਹਾ ਸੀ, ਯੂਨੈਨੀਮਸਲੀ ਸਾਡੇ ਬੋਰਡ ਨੇ ਕਿਹਾ ਸੀ ਵੀ ਅਰਨ ਹੈਨਰੀ ਨੂੰ, ਜੋ ਲੁਧਿਆਣੇ ਦੇ ਰਹਿਣ ਵਾਲੇ, ਬਹੁਤ ਤਗੜਾ ਵਰਕਰ ਆ, ਯੂਥ ਦਾ ਵਰਕਰ ਰਿਹਾ ਵਾ, ਉਹਨੂੰ ਇਸ SS ਬੋਰਡ ਦਾ ਮੈਂਬਰ ਲਾ। ਸਟਿਲ ਪੈਂਡਿੰਗ, ਨੋਬਡੀ ਇਜ਼ ਲਿਸਨਿੰਗ, ਕੋਈ ਪੰਚਾਂ ਦਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ। ਤੋ 150-200 ਚਿੱਠੀ ਨੰਬਰੀ ਬਹੁਤ ਯਾਦ ਘੱਟ ਨਹੀਂ ਹੁੰਦੀ, ਬਹੁਤ ਟਾਈਮ ਵੇਸਟ ਕੀਤਾ। ਮੈਂ ਆਪਣੇ ਪਰਸਨਲ ਅਕਾਊਂਟ ਦੇ ਵਿੱਚੋਂ 10,000 ਤੇ ਮੁੰਡਾ ਰੱਖਿਆ ਦਾ ਸਿਰਫ ਰਨ ਕਰਨ ਵਾਸਤੇ ਦਫ਼ਤਰ ਦੇ, ਨਾ ਸਾਰੀ ਕਮਿਊਨਿਟੀ ਨੂੰ ਗੋਲੀਆਂ ਕੀਤੀ ਆ। 2022 'ਚ ਇਲੈਕਸ਼ਨ ਆ ਰਿਹਾ, ਕੀ ਕਰਾਂਗੇ, ਜਾ ਕੇ ਪਿੰਡਾਂ 'ਚ ਜਾਵਾਂਗੇ, ਪਿੰਡ ਵਾਲੇ ਸਾਨੂੰ ਕੀ ਕਰਨਗੇ ਵੀ ਤੁਸੀਂ ਚੇਅਰਮੈਨ ਰਹੇ ਜੇ, ਕੀ ਕੀਤਾ ਤੁਸੀਂ ਸਾਡੇ ਵਾਸਤੇ, ਹੁਣ ਤੁਸੀਂ ਵੋਟਾਂ ਮੰਗਣ ਆਏ ਗਏ। ਮੈਂ ਤਾਂ ਸਾਫ਼ ਆ ਕਿਹਾ, ਮੈਨੂੰ ਇਹੋ ਜਿਹੀ ਚੇਅਰਮੈਨ ਨਾਲ ਕੀ ਫਾਇਦਾ ਜਦੋਂ ਮੈਂ ਆਪਣੇ ਕ੍ਰਿਸ਼ਨ ਦਾ ਨਹੀਂ ਕੋਈ ਸਵਾਰ ਸਕਦਾ। 40-45 ਸਾਲ ਦੀ ਸਰਵਿਸ ਪਾਰਟੀ ਨੂੰ ਦੇਣਾ ਮੇਰੀ, ਮੈਂ ਪਾਰਟੀ ਨਾਲ ਕੰਮ ਕੀਤਾ। ਲੋਕ ਮੈਨੂੰ ਪੁੱਛਦੇ ਆ ਵੀ ਤੁਹਾਨੂੰ ਫੰਡ, ਤੁਸੀਂ ਤਨਖਾਹ ਲੈਂਦੇ ਜੇ, ਤੇਲ ਖਰਚਾ ਲੈਂਦੇ ਜੇ, ਕੰਮ ਕੀ ਆ ਤੁਹਾਡਾ, ਤੁਸੀਂ ਕ੍ਰਿਸ਼ਨ ਵਾਸਤੇ ਵੈਲਫੇਅਰ ਦਾ ਕੰਮ ਕੀ ਕੀਤਾ। ਮੈਂ ਬਹੁਤ ਡਿਮਾਂਡਸ ਕੀਤੀ ਜੀ, 2-3 ਵਾਰੀ ਮਨਪ੍ਰੀਤ ਬਾਦਲ ਨਾਲ ਮੀਟਿੰਗ ਹੋਈ। ਮਨਪ੍ਰੀਤ ਬਾਦਲ ਨੇ 11ਵੇਂ ਮਹੀਨੇ ਦੀ ਗੱਲ ਆ ਮੈਨੂੰ ਹਾਂ ਕਰਤੀ ਵੀ ਤੈਨੂੰ ਫੰਡ ਦੇਵਾਂਗੇ। ਮੈਂ ਕਿਹਾ ਯਾਰ ਇਸ ਤਰ੍ਹਾਂ ਕਰੋ, ਕ੍ਰਿਸਮਸ ਲਾਗੇ ਆ ਰਿਹਾ, ਸਾਨੂੰ ਕ੍ਰਿਸਮਸ ਵਾਸਤੇ ਫੰਡ ਦੇ ਦਿਓ, ਚਾਹੇ ਲੋਕਾਂ 'ਚ ਤੁਸੀਂ ਮਿਨਿਸਟਰ ਜਾਂਦੇ ਜੇ, ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਾਂਦੇ ਜੇ, ਤੁਸੀਂ ਅਨਾਊਂਸਮੈਂਟ ਕਰਦੇ ਜੇ ਫਲਾਣੀ ਕਮਿਊਨਿਟੀ ਨੂੰ ਅਸੀਂ ਇੰਨੇ ਪੈਸੇ ਦੇ ਦਿੱਤੇ, ਫਲਾਣੀ ਕਮਿਊਨਿਟੀ ਨੂੰ ਅਸੀਂ। ਮੈਂ ਕਿਹਾ ਕ੍ਰਿਸਚਨ ਆ, ਕ੍ਰਿਸਮਸ ਆ ਰਿਹਾ, ਅਸੀਂ ਫੰਡ ਦੇਵਾਂਗੇ, ਕਿਸੇ ਨੂੰ ਫੰਕਸ਼ਨਾਂ ਦੇ ਵਿੱਚ ਜਾਵਾਂਗੇ, ਫੰਡ ਦੇ ਦੇ। ਮੈਨੂੰ ਕਹਿੰਦੇ ਸਾਫ਼ ਕਹਿੰਦਾ ਮਨਪ੍ਰੀਤ ਬਾਦਲ ਵੀ ਯਾਰ ਅਗਲੇ ਸਾਲ ਤੈਨੂੰ ਦੇਵਾਂਗੇ ਫੰਡ, ਜਿੰਨਾ ਮਰਜ਼ੀ ਵੰਡੀ, ਪਰ ਫਿਰ ਨਹੀਂ ਦਿੱਤਾ, ਹਾਂ ਕਰਕੇ ਮੁੱਕਰ ਗਿਆ। ਮੈਨੂੰ ਆਪ ਹੀ 11ਵੇਂ ਮਹੀਨੇ ਕਹਿੰਦਾ ਤੁਹਾਨੂੰ 1 ਕਰੋੜ ਰੁਪਈਆ ਸੈਂਕਸ਼ਨ ਕਰ ਦੇਣਾ ਮੈਂ, ਔਰ ਤੁਸੀਂ ਫਲਾਣੀ ਇੰਸਟੀਟਿਊਸ਼ਨ ਦਾ ਸਕੂਲਾਂ ਦੇ ਵਿੱਚ ਦਿਓ, ਕਾਲਜ ਦੇ ਵਿੱਚ ਦਿਓ, ਹੋਸਪਿਟਲ 'ਚ ਦਿਓ। ਨਾ ਅਸੀਂ ਵੇਖੋ ਸਾਡਾ ਨੁਮਾਇੰਦਾ ਨਾ ਵਿਧਾਨ ਸਭਾ 'ਚ ਆ, ਨਾ ਉੱਪਰ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਆ। ਇਹ ਸਾਨੂੰ ਕਿਤੇ ਬਹੁਤ ਇੰਟੈਲੀਜੈਂਟ ਆ ਕ੍ਰਿਸ਼ਚਨ ਪੰਜਾਬ ਦੇ ਵਿੱਚ, ਰਾਜ ਸਭਾ 'ਚ ਵੀ ਕਰ ਸਕਦੇ ਆ, ਉਹਨਾਂ ਨੂੰ ਵਰਤਣ ਤਾਂ ਸਹੀ।
ਪਰ ਇਨਡਿਸਕ੍ਰਿਮੀਨੇਸ਼ਨ ਆ। ਰਾਜ ਸਭਾ 'ਚ ਲੈ ਜਾਣ ਕੋਈ ਈਸਾਈ ਜਿਹੜਾ ਵੈਲ ਜਿਹੜਾ ਡਿਜ਼ਰਵ ਕਰਦਾ। ਦੇਖੋ ਇਸ ਵੇਲੇ ਤਾਂ ਰਿਜੈਂਟਮੈਂਟ ਆ ਇਸ ਵੇਲੇ, ਅਤੇ ਈਸਾਈਆਂ 'ਚ ਵੀ ਰਿਜੈਂਟਮੈਂਟ ਆ ਯਾਰ। ਦੋ ਢਾਈ ਸਾਲ, ਦੋ ਮੇਰਾ 3 ਸਾਲ ਹੋ ਜਾਣੇ ਆ 8ਵੇਂ ਮਹੀਨੇ ਬੋਰਡ ਬਣੇ ਨੂੰ, ਪਰ ਕੋਈ ਸਰਕਾਰ ਸੁਣਦੀ ਨਹੀਂ। ਪੰਚਾਂ ਦਾ ਸਿਰ ਮੱਥੇ ਪ੍ਰਣਾਲਾ ਉੱਥੇ ਦਾ ਉੱਥੇ, ਸਾਡੇ ਲਿਖਣ ਦੇ ਬਾਵਜੂਦ ਕਿਸੇ ਨੇ ਸੁਣੀ ਨਹੀਂ ਸਾਨੂੰ। ਨਹੀਂ ਅਸਤੀਫਾ ਤਾਂ ਸਾਡੇ ਹੱਥ ਵਿੱਚ ਆ ਜੀ ਸਰ, ਅਸਤੀਫੇ ਤਾਂ ਚੇਅਰਮੈਨ ਹੀ ਕਾਹਦੀ ਆ। ਜਦੋਂ ਮੈਂ ਤਾਂ ਪਹਿਲੇ ਦਿਨ ਤੋਂ ਆਖਿਆ ਸੀ, ਮੈਂ ਤਾਂ ਬਟਾਲੇ ਵੀ ਆਖਿਆ ਸੀ, ਇੱਕ ਵਾਰ ਮੀਟਿੰਗ ਹੋਈ ਸੀ ਵੀ ਆਈ ਡੈਮ ਕੇਅਰ ਫਾਰ ਦਾ ਚੇਅਰਮੈਨਸ਼ਿਪ, ਪਹਿਲੇ ਮੇਰੀ ਕੌਮ ਫਿਰ ਚੇਅਰਮੈਨ ਸਰ ਮਨਪ੍ਰੀਤ ਬਾਦਲ ਜਿੰਨਾ ਕੀ ਦੱਸੀਏ, ਬੇਈਮਾਨ ਬੰਦਾ ਮੈਂ ਦੁਨੀਆ ਜ਼ਿੰਦਗੀ 'ਚ ਨਹੀਂ ਵੇਖਾਂਗਾ। ਔਰ ਨਾ ਹਾਂ ਕਰਕੇ ਮੁੱਕਣ ਵਾਲਾ, ਦੋ ਇੰਨੇ ਬੰਦੇ ਰੱਖੇ ਦਾ, ਰਮੇਸ਼ ਆ ਇੱਕ, ਰਮੇਸ਼ ਤਾਂ ਤਨ ਪੱਤ ਨਹੀਂ ਲੱਗਣ ਦਿੰਦਾ। ਰਮੇਸ਼ ਨੇ ਹਾਂ ਕਰਕੇ ਕਹਿੰਦਾ ਯੂ ਨੀਡ ਇਟ ਵਰੀ, ਇਹ ਜਿਹੜਾ 1 ਕਰੋੜ ਰੁਪਈਆ ਮਨਪ੍ਰੀਤ ਬਾਦਲ ਨੇ ਕਿਹਾ ਵਾ, ਮਨਪ੍ਰੀਤ ਬਾਦਲ ਨੇ ਕਿ ਇਹ ਤੁਹਾਨੂੰ ਦਵਾਵਾਂਗਾ, ਪਰ ਨਹੀਂ ਕੋਈ ਗੱਲ ਹੀ ਨਹੀਂ, ਹਾਂ ਕਰਕੇ ਮੁੱਕਰ ਜਾਂਦੇ ਆ। ਸੀ ਐੱਮ ਸਾਹਿਬ ਦੇ ਸਾਹਿਬ 10-2 ਨੂੰ ਮੀਟਿੰਗ ਹੋਈ ਆ ਸਾਡੀ, ਐਮੀਕੇਬਲੀ ਮੀਟਿੰਗ ਹੋਈ ਆ 10-2-2020 'ਚ, ਹੀ ਐਗਰੀਡ ਵੀ ਤੁਹਾਡੇ ਬੋਰਡ ਦਾ ਮੈਂਬਰ ਵੀ ਬਣਾਵਾਂਗੇ, ਐਸ ਐਸ ਬੋਰਡ ਦਾ ਮੈਂਬਰ ਵੀ ਹੋਏਗਾ, ਤੁਹਾਡੀ ਵੈਬ ਤੇਜ਼ਵੀਰ ਸੀਗਾ ਪ੍ਰਿੰਸੀਪਲ ਸੈਕਟਰੀ ਤੋਂ ਸੀ ਐੱਮ, ਵੀ ਤੁਹਾਨੂੰ ਵੈਬਸਾਈਟ ਵੀ ਮਿਲੇਗੀ, ਤੁਹਾਨੂੰ ਸਾਰੀ ਫੈਸਿਲਿਟੀ, ਯੂ ਵਿਲ ਗੈਟ ਆਲ ਦ ਅਮਿਨਿਟੀ। ਮਿਲਿਆ ਕੁਛ ਨਹੀਂ, ਕੱਖ ਨਹੀਂ। ਮੈਂ ਦੱਸਿਆ ਵੀ ਸਾਡੀ 45-40 ਸਾਲ ਦੀ ਵਫਾਦਾਰੀ ਕਾਂਗਰਸ ਦੀ ਮਿੱਟੀ ਹੋ ਗਈ। ਸਰਕਾਰ ਦੇ ਵੱਲੋਂ ਫਰਸਟ੍ਰੇਟ ਹੋ ਕੇ ਅੱਜ ਸਾਨੂੰ ਜਿਹੜੀ ਹੈ ਬਹੁਤ ਸਲਾਮਤ ਸੀ, ਸਾਡੇ ਚੇਅਰਮੈਨ ਕ੍ਰਿਸ਼ਨ ਵੈਲਫੇਅਰ ਬੋਰਡ ਦੇ, ਉਹਨਾਂ ਦੀ ਅਗਵਾਈ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਜਿਹੜੀ ਹੈ ਕਰਨੀ ਪੈ ਰਹੀ ਹੈ। ਔਰ ਇਸ ਪ੍ਰੈਸ ਕਾਨਫਰੰਸ ਕਰਨ ਦਾ ਇੱਕ ਮੁੱਖ ਕਾਰਨ ਇਹ ਹੈ ਕਿ ਸਰਦਾਰ ਮਨਪ੍ਰੀਤ ਸਿੰਘ ਬਾਦਲ, ਜਿਨ੍ਹਾਂ ਦੀ ਵਜ੍ਹਾ ਦੇ ਨਾਲ ਅਸੀਂ ਅਤੇ ਸਾਡਾ ਬੋਰਡ ਅਤੇ ਸਾਡੇ ਚੇਅਰਮੈਨ ਸਾਹਿਬ ਬਹੁਤ ਹੀ ਜ਼ਿਆਦਾ ਫਰਸਟ੍ਰੇਟ ਹੋਏ ਆ। ਔਰ ਕਿਉਂਕਿ 3 ਸਾਲ ਦਾ ਟਾਈਮ ਨਿਕਲ ਚੁੱਕਾ, ਔਰ ਜਿੰਨੀ ਵਾਰ ਵੀ ਉਹਨਾਂ ਨੇ ਸਾਨੂੰ ਬੁਲਾਇਆ ਮੀਟਿੰਗ 'ਤੇ ਔਰ ਆਪਣੀ ਗੱਲਬਾਤ ਕਰਕੇ ਵਾਅਦੇ ਕਰਕੇ ਜਿਹੜੇ ਵਾਅਦਾ ਖਿਲਾਫੀ ਕਰ ਰਹੇ ਆ, ਔਰ ਵਾਅਦਾ ਖਿਲਾਫੀ ਇੱਕ ਬੋਰਡ ਦੇ ਨਾਲ ਨਹੀਂ ਆ, ਇਹ ਵਾਅਦਾ ਖਿਲਾਫੀ ਜਿਹੜੀ ਆ 35 ਲੱਖ ਭਾਈਚਾਰੇ ਦੇ ਨਾਲ ਆ, ਕ੍ਰਿਸ਼ਚਨ ਭਾਈਚਾਰੇ ਦੇ ਨਾਲ ਇਹ ਵਾਅਦਾ ਖਿਲਾਫੀ ਹੋ ਰਹੀ ਆ। ਕਿਉਂਕਿ ਬੋਰਡ ਜਿਹੜਾ ਬਣਿਆ, ਵੈਲਫੇਅਰ ਬੋਰਡ ਇੰਗਲਿਸ਼ ਦਾ ਵਰਡ ਆ, ਔਰ ਪੰਜਾਬੀ ਦੇ ਵਿੱਚ ਵੇਖੀਏ ਤਾਂ ਭਲਾਈ ਬੋਰਡ ਆ, ਔਰ ਭਲਾਈ ਦਾ ਮਤਲਬ ਲੋਕਾਂ ਦੇ ਭਲਾਈ ਦੇ ਕੰਮ ਕਰਨੇ, ਵੈਲਫੇਅਰ ਦਾ ਕੰਮ ਲੋਕਾਂ ਦੇ ਵੈਲਫੇਅਰ ਦੇ ਕੰਮ ਕਰਨੇ, ਔਰ ਇਹ ਕੰਮ ਜਿਹੜੇ ਆ ਪੈਸੇ ਦੇ ਨਾਲ ਹੁੰਦੇ ਆ, ਔਰ ਜਦਕਿ ਪੈਸਾ ਸਾਨੂੰ ਮਿਲ ਨਹੀਂ ਰਿਹਾ ਤਾਂ ਅਸੀਂ ਕੀ ਕਰ ਸਕਦੇ ਹਾਂ। ਔਰ ਅਸੀਂ ਵਾਰ ਵਾਰ ਸਰਕਾਰ ਦੇ ਸਾਹਮਣੇ, ਪਹਿਲਾਂ ਵੀ ਅਖਬਾਰ ਦੇ ਵਿੱਚ ਮੇਨ ਪੇਜ 'ਤੇ ਖਬਰਾਂ ਲਵਾ ਚੁੱਕੇ ਹਾਂ ਸਾਡੇ ਚੇਅਰਮੈਨ ਸਾਹਿਬ, ਔਰ ਹੁਣ ਵੀ ਅਸੀਂ ਇਹ ਪ੍ਰੈਸ ਕਾਨਫਰੰਸ ਦੇ ਰਾਹੀਂ ਉਹਨਾਂ ਨੂੰ ਆਗਾਹ ਕਰਨਾ ਚਾਹੁੰਦੇ ਹਾਂ ਕਿ ਦੇਖੋ ਸਾਡੇ ਹੱਥ ਜਿਹੜੇ ਆ ਲੋਕਾਂ ਦੇ ਨਾਲ ਆ, ਔਰ ਲੋਕਾਂ ਦੇ ਜਿਹੜੇ ਹੱਥ ਆ ਉਹ ਸਾਡੇ ਨਾਲ ਆ, ਔਰ ਲੋਕਾਂ ਦੀ ਨੁਮਾਇਦਗੀ ਅਸੀਂ ਕਰ ਰਹੇ ਉਹਨਾਂ ਦੇ ਨਾਂ 'ਤੇ। ਅੱਗੇ ਦੇਖੋ ਜੋ ਲੋਕ ਵੀ ਸਾਨੂੰ, ਜਿਨ੍ਹਾਂ ਦੀ ਅਸੀਂ ਅਗਵਾਈ ਕਰ ਰਹੇ ਹਾਂ, ਲੋਕ ਸਾਨੂੰ ਦੱਸਣਗੇ, ਅਸੀਂ ਪਿੰਡਾਂ 'ਚ ਨਿਕਲਾਂਗੇ, ਔਰ ਨਿਕਲ ਵੀ ਰਹੇ ਹਾਂ, ਔਰ ਲੋਕ ਬੋਜੀ ਤੱਕ ਆਉਂਦੇ ਵੀ ਆ, ਕੰਟੈਕਟ ਕਰਦੇ ਆ। ਔਰ ਦੂਸਰਾ, ਜਿੱਦਾਂ ਕਿ ਮੈਂ 2-3 ਵਾਰੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਨਾਂ ਲਿਆ ਆ, ਔਰ ਨਾਂ ਇੱਦਾਂ ਨਹੀਂ ਲੈ ਰਹੇ ਹਾਂ, ਔਰ ਬੜੇ ਫਰਸਟ੍ਰੇਟ ਹੋ ਕੇ ਨਾਂ ਲੈ ਰਹੇ ਹਾਂ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਆ ਥੋੜ੍ਹੇ ਦਿਨ ਪਹਿਲਾਂ ਜਦੋਂ ਉਹਨਾਂ ਦੇ ਮਾਮਾ ਜੀ ਦੀ ਡੈਥ ਹੋਈ ਆ, ਔਰ ਉੱਥੇ ਜਾ ਕੇ ਉਹਨਾਂ ਨੇ ਸਿੱਧੇ ਤੌਰ 'ਤੇ ਉਹਨਾਂ ਦੀ ਮਾਮਾ ਜੀ ਦੀ ਯਾਦ ਦੇ ਵਿੱਚ 30 ਲੱਖ ਰੁਪਈਆ ਜਿਹੜਾ ਦਿੱਤਾ, ਔਰ ਮੈਂ ਕਹਿੰਦਾ ਕਿ ਇੱਧਰ ਦੇਖੋ 35 ਲੱਖ ਭਾਈਚਾਰਾ ਸਾਨੂੰ 35 ਲੱਖ ਰੁਪਈਏ ਦੇ ਦਿੰਦੇ, 1 ਲੱਖ ਬੰਦੇ ਦੇ ਨਾਂ 'ਤੇ 1 ਲੱਖ ਰੁਪਈਆ ਦੇ ਦਿੰਦੇ, ਔਰ ਸਾਨੂੰ ਇੰਨਾ ਜ਼ਿਆਦਾ ਅਣਗੋਲਿਆ ਕੀਤਾ ਜਾ ਰਿਹਾ, ਔਰ ਉਹਨਾਂ ਦਾ 35 ਲੱਖ ਜਿਹੜਾ ਦੇਣਾ ਵਾ, ਇਹ 30 ਲੱਖ ਜਿਹੜਾ ਦੇਣਾ ਵਾ, ਉਹ ਕਿੰਨਾ ਮਾੜਾ ਇੱਕ ਮੈਸੇਜ ਜਾ ਰਿਹਾ। ਰਾਜਾ ਵੜਿੰਗ ਨੇ ਫੇਸਬੁੱਕ 'ਤੇ ਆਪਣੀ ਕਾਨਫਰੰਸ ਵੀ ਪਾਈ ਆ, ਆਪਣੇ ਪੋਸਟ ਵੀ ਪਾਈ ਆ, ਔਰ ਜਿਹਦੇ ਵਿੱਚ ਉਹ ਸਾਫ਼ ਬੋਲ ਰਿਹਾ ਕਿ ਮੈਂ ਹਲਕੇ ਦਾ MLA ਹਾਂ, ਔਰ ਮੈਨੂੰ ਅਣਗੋਲਿਆ ਕੀਤਾ ਗਿਆ, ਔਰ ਪੰਚਾਇਤ ਦਾ ਬਹਾਨਾ ਲਗਾਇਆ ਗਿਆ, ਜਦਕਿ ਪੰਚਾਇਤ ਵੀ ਰਾਜਾ ਵੜਿੰਗ ਜੀ ਦੇ ਕੋਲ ਆਈ ਆ, ਉਹਨਾਂ ਨੇ ਕਿਹਾ ਕਿ ਸਾਨੂੰ ਤਾਂ ਕੁਛ ਪਤਾ ਹੀ ਨਹੀਂ।